ਤੁਹਾਨੂੰ ਇੱਕ ਇੱਥੇ ਹੋਰ ਸਿਸਟਮ ਦਿਖਾਉਣੇ ਆ ਜਿਹੜਾ ਆਪਣੇ ਮੀਂਹ ਦਾ ਪਾਣੀ ਹੁੰਦਾ ਖਾਸ ਕਰਕੇ ਛੱਤਾਂ ਦਾ ਪਾਣੀ ਹੁੰਦਾ ਉਹਨੂੰ ਰੀਚਾਰਜ ਕਰਕੇ ਧਰਤੀ ਦੇ ਵਿੱਚ ਪਾਉਣ ਵਾਸਤੇ ਇੱਥੇ ਇਹ ਮਾਡਲ ਤਿਆਰ ਕੀਤਾ ਗਿਆ ਜੀ। ਇਹ ਫਿਰ ਵੱਡੇ ਮਾਡਲ ਵੀ ਤੁਸੀਂ ਤਿਆਰ ਕਰਦੇ ਹੋ ਜੀ? ਵੱਡੇ ਮਤਲਬ ਇਹਦਾ ਮਾਡਲ ਹੈ ਤਾਂ ਮਤਲਬ ਕਿ ਉਂਝ ਦਿਖਾ ਰਹੇ ਹਾਂ ਵੀ ਇਸ ਤਰੀਕੇ ਦੇ ਨਾਲ ਹੋ ਰਿਹਾ ਹਾਂਜੀ। 300 ਗਜ ਤੋਂ ਲੈ ਕੇ 400 ਗਜ ਤੋਂ ਲੈ ਕੇ ਕੁਝ ਲੋਕ ਨੇ ਜਿਹੜੇ ਇੱਟਾਂ ਦਾ ਬਣਾਉਂਦੇ ਆ, ਇੱਟਾਂ ਦਾ ਨਹੀਂ ਬਣਾਉਂਦੇ, ਇੱਟਾਂ ਦੀ ਆਪਾਂ ਸਿਰਫ ਛੋਟੀ ਹੁੰਦੀ ਬਣਾਈ ਆ ਜਿਹੜਾ ਕਿ ਪਾਣੀ ਦੀ, ਅਗਰ ਆਪਾਂ ਉਹਦੇ 'ਤੇ ਜਾਲੀ ਲਾ ਦਿੰਦੇ ਹਾਂ ਤਾਂ ਉਹਦੀ ਸਰਵਿਸ ਮੇਨਟੇਨੈਂਸ ਘੱਟ ਜਾਊਗੀ, ਅੱਗੇ ਗੰਦ ਘੱਟ ਜਾਊਗਾ। ਠੀਕ ਹੈ ਜੀ, ਆਪਣਾ ਪਹਿਲਾ ਟੈਂਕ ਆ ਗਿਆ ਜੀ। ਹਾਂਜੀ, ਪਹਿਲਾ ਟੈਂਕ ਹੋਊਗਾ ਡਿਸਿਲਡਿੰਗ ਚੈਂਬਰ, ਇਹਦੇ ਵਿੱਚ ਮਿੱਟੀ, ਪੱਥਰ, ਘਾਹ ਕੁਛ ਵੀ ਸਭ ਤੋਂ ਆ ਰਿਹਾ ਵਾ ਉਹਦੇ ਵਿੱਚ ਹੀ ਬਹਿਣ ਥੱਲੇ। ਠੀਕ ਹੈ ਜੀ, ਤੁਸੀਂ ਦੇਖ ਸਕਦੇ ਹੋ ਛੋਟਾ ਜਿਹਾ ਪ੍ਰੋਜੈਕਟ ਆ ਪਰ ਫਿਰ ਵੀ ਥੱਲੇ ਕਿਤੇ ਨਾ ਕਿਤੇ ਮਿੱਟੀ ਬੈਠ ਰਹੀ ਆ। ਹਾਂਜੀ, ਠੀਕ ਹੈ ਜੀ, ਮਿੱਟੀ ਆਪਣੇ ਥੱਲੇ ਬੈਠ ਜੂਗੀ, ਇਹ ਫਿਲਟਰ ਦੇ ਥਰੂ ਪਾਣੀ ਅੱਗੇ ਜਾਊਗਾ ਜੀ। ਦੂਜੇ ਦੇ ਵਿੱਚ ਆਪਾਂ ਗ੍ਰੈਵਲ ਪਾਏ ਆ। ਅੱਛਾ, ਇਹ ਗ੍ਰੈਵਲ ਜਿਹੜੇ ਨੇ ਸਰ ਇਹ ਆਪਾਂ ਦੇਖ ਰਹੇ ਹਾਂ ਮੂਲ ਕੇ ਵਾਲਾ ਪਹਾੜਾ ਪੁੜਾ ਜਿਹੜਾ ਮਾ ਜਾਂਦੇ ਆ ਨਦੀਆਂ ਦੇ ਵਿੱਚ, ਪੱਥਰ ਹੁੰਦੇ ਆ ਪਾਣੀ ਵੀ ਬਹੁਤ ਸਾਫ ਹੁੰਦਾ। ਇਹ ਕੁਝ ਖਾਸ ਖਾਸ ਕਿਸਮ ਦਾ ਹੁੰਦਾ ਪੱਥਰ ਕੀ ਇਹ? ਇਹ ਸਰ ਇਹਨੂੰ ਗ੍ਰੈਵਲਸ ਕਹਿੰਦੇ ਨੇ। ਅੱਛਾ, ਇਹ ਪੱਥਰ ਵੀ ਆ ਗ੍ਰੈਵਲ, ਇਹਨੂੰ ਮੇਨਲੀ ਗ੍ਰੈਵਲ ਕਹਿ ਜਾਂਦਾ, ਇਹਦੇ ਤੋਂ ਪਾਣੀ ਨੂੰ ਬਹੁਤ ਜ਼ਿਆਦਾ ਮਿਨਰਲਸ ਮਿਲਦੇ ਆ, ਇਹ ਪਾਣੀ ਨੂੰ ਸਾਫ ਵੀ ਕਰਦਾ। ਜੇ ਮੰਨ ਲਓ ਕੁਛ 2-4% ਗੰਦ ਅੱਗੇ ਆ ਵੀ ਗਿਆ ਤੇ ਪੱਥਰਾਂ ਦੇ ਨਾਲ ਥੱਲੇ ਰੁਕ ਜਾਣਾ, ਪੱਥਰਾਂ ਨੇ ਖਿੱਚਣਾ ਉਹਨੂੰ, ਪਾਣੀ ਪੱਥਰਾਂ ਦੇ ਵਿੱਚੋਂ ਛਣ ਕੇ ਇਹ ਅੱਗੇ ਚਲੇ ਜਾਣਾ ਵਾ। ਠੀਕ ਹੈ ਜੀ, ਅੱਗੇ ਫਿਰ ਆਪਾਂ ਸਭ ਲਾਉਂਦੇ ਆ ਬੋਰ ਕਰਦੇ ਹਾਂ। ਅੱਛਾ ਜੀ, ਬੋਰ ਦੇ ਉੱਤੇ ਲਾਉਂਦੇ ਆ, ਫਿਰ ਆਪਾਂ ਸਕਰੀਨ ਇਹ SSD ਸਕਰੀਨ ਲੱਗਦੀ ਆ, ਸੁਪਰ ਸਕਰੀਨ ਲੱਗਦੀ ਆ, ਇਹਦੇ ਨਾਲ ਕੀ ਇੱਕ ਆਪਣੀ ਡਿਸਚਾਰਜਿੰਗ ਜਿਹੜੀ ਸਪੀਡ ਆ ਥੋੜ੍ਹੀ ਵੱਧ ਜਾਂਦੀ ਆ। ਇਹ ਸਕਰੀਨ ਫਿਰ ਇੰਨੇ ਕੁ ਫਾਇਦੇਮੰਦ, ਇਹਦੇ ਵਿੱਚ ਤੁਸੀਂ ਇੱਕ ਛੋਟਾ ਜਿਹਾ ਇੱਕ ਘਾਹ ਦਾ ਪੱਤਾ ਵੀ ਛੱਡ ਦੋਗੇ, ਉਹ ਵੀ ਇਹਦੇ ਵਿੱਚੋਂ ਨਿਕਲਣਾ ਨਹੀਂ, ਇਕੱਲਾ ਪਾਣੀ ਹੀ ਅੱਗੇ ਜਾਣਾ। ਯਾਨੀ ਕਹਿਣ ਦਾ ਮਤਲਬ ਆਪਾਂ ਜ਼ਮੀਨ ਦੇ ਵਿੱਚ ਪਾਣੀ ਵੀ ਪਾ ਰਹੇ ਹਾਂ ਤਾਂ ਬਿਲਕੁਲ ਸਾਫ਼ ਪਾਈਏ, ਜ਼ਮੀਨ ਦੇ ਵਿੱਚ ਵੀ ਕਿਤੇ ਨਾ ਕਿਤੇ ਅਗਰ ਕੋਈ ਗੰਦ ਜਾਊਗਾ ਤਾਂ ਨੁਕਸਾਨ ਪਹੁੰਚੂਗਾ, ਉਸ ਚੀਜ਼ ਤੋਂ ਬਚਾਉਣ ਲਈ ਸਿਰਫ ਪਾਣੀ ਵਿੱਚ ਜਾਵੇ, ਹੋਰ ਕੁਛ ਨਾ ਜਾਵੇ। ਬਾਕੀ ਜਿਹੜਾ ਲੈਵਲ ਬਸ ਦਾ, ਫਸਟ ਲੈਵਲ ਵਾਟਰ ਦਾ ਜਿਹੜੀ ਉੱਪਰਲੀ ਲੇਅਰ ਆ ਗਈ, ਉੱਪਰਲੀ ਲੇਅਰ ਤੋਂ ਪਾਣੀ ਛੱਡ ਦੇਣਾ ਵਾ। ਅਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਜਿਹੜੀ ਥੱਲੇ ਸੈਂਡ ਆ ਗਈ, ਵਾਈਟ ਸੈਂਡ, ਰੇਤਾ ਆ ਗਿਆ, ਰੇਤੇ ਤੋਂ ਜ਼ਿਆਦਾ ਤਾਂ ਕੋਈ ਚੀਜ਼ ਸਾਫ਼ ਕਰ ਨਹੀਂ ਸਕਦੀ, ਕੁਦਰਤੀ ਫਿਲਟਰ ਹੈ, ਕੁਦਰਤੀ ਫਿਲਟਰ ਆ, ਉਹ ਪਾਣੀ ਛੰਦਾ ਜਾਣਾ ਛੰਦਾ ਜਾਣਾ ਆਪਣੇ ਲੈਵਲ 'ਤੇ ਪਹੁੰਚ ਗਏ। ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਅੱਜ 300 ਫੁੱਟ 'ਤੇ ਚੜ੍ਹਦੇ ਸੋ ਦਿਆ, ਸਾਨੂੰ ਸਾਰੇ ਜਿਹੜੇ ਮਿਲ ਕੇ ਭਾਈ ਜੀ ਕਰਦੇ ਹਾਂ, ਜੇ ਲਵਾਉਂਦੇ ਹਾਂ, ਹੋ ਸਕਦਾ ਕੱਲ੍ਹ ਨੂੰ 200 ਪੈਸੇ। ਇਹਦਾ ਖਰਚਾ ਕਿੰਨਾ ਕੁ ਆ ਜਾਂਦਾ ਜੀ? ਇਹ ਸਰ ਜਿਹੜਾ ਆਪਣਾ ਸਭ ਤੋਂ ਛੋਟਾ ਸਿਸਟਮ ਆ, ਉਹ 2.5 ਲੱਖ ਤੋਂ ਸਟਾਰਟ ਹੁੰਦਾ, ਉਹਦੇ ਵਿੱਚ ਆਪਣੀ ਲੇਬਰ ਦੀ, ਆਪਣੀ ਮਟੀਰੀਅਲ ਦੀ, ਆਪਣਾ ਇੰਸਟਾਲੇਸ਼ਨ ਸਾਰਾ। ਇਹ ਛੱਤ ਦੇ ਹਿਸਾਬ ਦੇ ਨਾਲ ਲੱਗਦਾ ਜੀ? ਇਹ ਜਿੰਨਾ ਆਪਣਾ ਕਵਰਡ ਏਰੀਆ ਹੋਊਗਾ। ਅੱਛਾ ਜੀ, ਠੀਕ ਹੈ। ਸਭ ਤੋਂ ਛੋਟਾ ਸਿਸਟਮ ਹੁਣ ਦੱਸਿਆ ਮੈਂ, 2.5 ਲੱਖ ਤੋਂ ਸਟਾਰਟਿੰਗ ਆ। ਅੰਦਾਜ਼ਾ ਕਿੰਨੇ ਏਰੀਏ ਦਾ ਹੁੰਦਾ ਇਹ? ਇਹ ਸਰ ਜਿਹੜਾ ਤੁਹਾਨੂੰ 2.5 ਲੱਖ, ਇਹ 500 ਗਜ ਏਰੀਆ ਦੱਸਿਆ। 500 ਗਜ, ਯਾਨੀ ਕਿ 4500 ਸਕੁਅਰ ਫੁੱਟ, 4500 ਸਕੁਅਰ ਫੁੱਟ, 4-4500 ਸਕੁਅਰ ਫੁੱਟ। ਠੀਕ ਹੈ, ਠੀਕ ਹੈ, ਠੀਕ ਹੈ ਜੀ, ਚਲੋ ਵਧੀਆ ਚੀਜ਼ ਆ ਜੀ, ਆਉਣ ਵਾਲੇ ਸਮੇਂ 'ਚ ਇਸ ਦੀ ਲੋੜ ਆ। ਇਹ ਸਕਰੀਨ ਆ ਜੀ ਤੁਹਾਡੀ? ਇਹ ਸਾਰੀ ਜ਼ਿੰਦਗੀ ਕੰਮ ਸਰਵਿਸ ਹੁੰਦਾ ਬੰਦਾ ਵੀ ਆ, ਮਤਲਬ ਜਦੋਂ ਨਹਾਉਗਾ ਨੀ ਚੱਲੂਗਾ ਕਿਤੇ, ਨਹਾਉਣਾ ਤਾਂ ਬੰਦੇ ਨੇ ਪੈਣਾ ਹੀ ਆ, ਬੰਦੇ ਰੋਜ਼ ਨਹਾਉਣਾ ਪੈਂਦਾ, ਸਾਲ ਬਾਅਦ ਨਹਾਉਣਾ। ਇਹ ਤਾਂ ਜ਼ਿੰਦਗੀ ਉਵੇਂ ਬਿਲਕੁਲ ਸੇਮ ਆਏ ਰਹਿੰਦਾ, ਇਹਦਾ ਵਿੱਚੋਂ ਉਹ ਚੀਜ਼ ਕੱਢ ਲੈਣਾ ਆਪਾਂ। ਹਾਂਜੀ, ਇਹ ਆਪਾਂ ਜਿਹੜਾ ਬੋਰ ਵਾਲਾ ਪਾਈਪ ਹੁੰਦਾ ਨਾ ਸਰ, ਬੋਰ ਵਾਲੇ ਪਾਈਪ ਉੱਤੇ ਫਿੱਟ ਹੁੰਦੀ ਆ, ਯਾਨੀ ਪਾਣੀ ਫਿਰ ਇਹਦੇ ਵਿੱਚੋਂ ਆਉਂਦਾ। ਠੀਕ ਹੈ, ਬਿਲਕੁਲ, ਚਲੋ ਵਧੀਆ ਗੱਲ ਆ, ਧੰਨਵਾਦ ਜੀ।